ਉਤੋਂ ਬਾਅਦ ਜਦੋਂ ਮੇਰੀ ਕੁੜੀ ਦਾ ਫੁੱਦਾ ਨਿਊਯਾਰਕ ਦੇ ਵਿੱਚ ਪਹੁੰਚ ਗਿਆ ਤਾਂ ਮੈਂ ਉਹਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਤੂੰ ਆਪਣੇ ਫੁੱਦੇ ਤੇ ਹੱਥ ਰੱਖ ਲਾ ਤੇ ਇਹਨੂੰ ਦੇਖ ਵੀ ਇਹਨੂੰ ਬੰਦ ਕਰਦੇ ਇਹਦੇ ਵਿੱਚ ਕੋਈ ਵੀ ਆਪਣੇ ਕਹਿ ਇੰਡੀਆ ਦਾ ਜਾਂ ਇਜ਼ਰਾਇਲ ਦਾ ਲੰਘ ਨਹੀਂ ਜਾਣਾ ਚਾਹੀਦਾ। ਉਹ ਕਹਿੰਦੀ ਅੱਬਾ ਉਹ ਮੈਨੂੰ ਕੁੱਟਦੇ ਆ, ਮੈਨੂੰ ਮਾਰਦੇ ਆ, ਮੈਨੂੰ ਕਹਿੰਦੇ ਆ ਖੋਲ ਆਪਣਾ ਫੁੱਦਾ। ਮੈਂ ਕਿਹਾ ਨਹੀਂ ਤੂੰ ਹੱਥ ਰੱਖੀ ਰੱਖ, ਤੈਨੂੰ ਆਰਾਮ ਦੀ ਸੌਣ ਲੱਗੇ। ਪਰ ਉਹ ਕਹਿੰਦੀ ਨਹੀਂ ਅੱਬਾ ਮੇਰੇ ਤੇ ਬਹੁਤ ਜ਼ੁਲਮ ਕਰ ਰਿਹਾ, ਤੈਨੂੰ ਨੀ ਪਤਾ ਮੇਰੀ ਫੁੱਦੀ ਨੇ ਉੱਤੇ ਪਤਾ ਨੀ ਕੀ ਹੀ ਰੱਖਦੇ ਆ, ਪਤਾ ਨੀ ਕੀ ਕੀ ਭੈਣ ਚ ਨਵੀਂ ਨਵੀਂ ਟੈਕਨੋਲੋਜੀ ਵਰਤਦੇ ਆ। ਮੈਂ ਉਹਨੂੰ ਇਹੀ ਵਾਰ ਵਾਰ ਕਿਹਾ ਕੁੜੀਏ ਤੂੰ ਆਪਣੇ ਫੁੱਦੇ ਤੇ ਹੱਥ ਰੱਖਣਾ ਪੱਕਾ, ਕਿਉਂਕਿ ਕੁਰਾਨ ਦੇ ਮੁਤਾਬਕ ਹੱਥ ਰੱਖਣਾ ਬਹੁਤ ਜ਼ਰੂਰੀ ਆ। ਪਰ ਉਹ ਮੰਨਦੇ ਨੀ ਸੀ, ਉਹ ਤਾਂ ਉਹਨਾਂ ਦਾ ਕੰਮ ਇਹ ਸੀ ਬਸ ਮੇਰੀ ਕੁੜੀ ਦਾ ਉਹਨੂੰ ਸੀ ਫੁੱਦਾ ਫਾੜ ਦੇਣਾ, ਬੁਰਾ ਨਾ ਚੰਗੀ ਤਰ੍ਹਾਂ ਖਿਲਾਰ ਦੇਣਾ, ਉਹਨਾਂ ਦਾ ਹੋਰ ਕੋਈ ਕੰਮ ਹੀ ਨਹੀਂ ਸੀ ਰੱਖਦਾ। ਤੇ ਜਰਦਾਰੀ ਨੇ ਵੀ ਪੈਸੇ ਲਏ ਹੋਏ ਸੀ ਇੱਥੋਂ ਵੀ ਪਾਕਿਸਤਾਨ ਦੀ ਜਾਇਦ ਮਿੱਟੀ ਕੁੜੀ ਦਾ ਫੁੱਦਾ ਤੁਸੀਂ ਕਢਵਾਉਣਾ ਆ, ਇਹ ਕੀਮ ਕਾਫੀ ਤਕੜੀ ਸੀ। ਫਿਰ ਉਸ ਤੋਂ ਬਾਅਦ ਮੇਰੀ ਕੁੜੀ ਦੇ ਫੁੱਦੇ ਨੂੰ ਉਹਨਾਂ ਨੇ ਨਿਊ ਦਿੱਲੀ ਲੈ ਗਏ, ਉਹ ਉੱਥੇ ਉਹਦਾ ਚੈੱਕਅਪ ਕੀਤਾ। ਉਹਨਾਂ ਨੇ ਬਲੈਕ ਡਾਕਟਰ ਕਈ ਇੰਜੀਨੀਅਰ ਇੰਡੀਆ ਦੇ ਜਿਨ੍ਹਾਂ ਨੇ ਦੱਸਿਆ ਕਿ ਇਹ ਕੁੜੀ ਜਾਂ ਤਕਨੀਕ ਦੀ ਕੋਈ 15,000 ਵਾਰ ਆਪਣੀ ਫੁੱਦੀ ਮਰਵਾ ਚੁੱਕੀ ਹੈ ਤੇ ਪੱਲੀ ਦਰਾ ਚੁੱਕੀ ਆ, ਤੇ ਇਹਦੀ ਫੁੱਦੀ ਮਰਨ ਦੇ ਵਿੱਚੋਂ ਘੱਟ ਆਇਆ। ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਉਹ ਕਹਿੰਦੇ ਕਾਕਾ ਦੱਸ ਹੁਣ ਫਿਰ ਤੇਰੀ ਕੁੜੀ ਦਾ ਫੁੱਦਾ ਜੇ ਤੈਨੂੰ ਚਾਹੀਦਾ ਵਾਪਸ ਤਾਂ ਸਾਡੇ ਨਾਲ ਡੀਲ ਕਰ। ਮੈਂ ਕਿਹਾ ਮੈਂ ਨੀ ਕੋਈ ਡੀਲ ਕਰਨੀ, ਏਡਾ ਤੁਸੀਂ ਦਾ ਭੋਸੜਾ ਕਰਤਾ, ਮੈਂ ਡੀਲ ਫਿਰ ਕੀ ਕਰਨੀ ਆ। ਪਰ ਉਹਨਾਂ ਨੇ ਮੇਰੀ ਫੇਰ ਨੂੰ ਇੱਕ ਸੁਣੀ, ਉਹਨਾਂ ਤਾਂ ਬਾਰ ਬਾਰ ਇਹੀ ਕਹਿਣਾ ਸਹੀ ਵੀ ਤੂੰ ਆਪਣੀ ਕੁੜੀ ਦੇ ਫੁੱਦਾ ਸਹੀ ਰੇਟ ਦੱਸ, ਸਹੀ ਰੇਟ ਕੀ ਲੈਣਾ ਤੂੰ। ਮੈਂ ਉਹਨਾਂ ਨੂੰ ਬਾਰ ਬਾਰ ਇਹੀ ਗੱਲ ਕਹੀ ਕਿ ਮੇਰੀ ਕੁੜੀ ਦਾ ਫੁੱਦਾ ਤੁਸੀਂ ਵਿੱਚੋਂ ਕੱਟ ਦਿਓ, ਅੱਧਾ ਮੈਨੂੰ ਦੇ ਦਿਓ ਤੇ $5,00,000 ਮੈਨੂੰ ਨਾਲ ਦੇ ਦਿਓ, ਮੈਨੂੰ ਇਹੀ ਚਾਹੀਦਾ, ਹੋਰ ਕੁਛ ਨੀ ਮੈਨੂੰ ਚਾਹੀਦਾ। ਪਰ ਉਹ ਕਹਿੰਦੇ ਨਹੀਂ ਤੂੰ ਕੋਈ ਹੋਰ ਡੀਲ ਕਰ। ਮੈਂ ਕਿਹਾ ਹੋਰ ਮੈਂ ਕਿਹੜੀ ਡੀਲ ਕਰਾਂ। ਉਹ ਕਹਿੰਦੇ ਤੂੰ ਆਪਣੀ ਕੁੜੀ ਦੇ ਫੁੱਦੇ ਦੇ ਉੱਤੇ ਮਾਜਰ ਬਣਾ ਤੇ ਇਹਨੂੰ ਮੈਂ ਨਾ ਚੰਗੀ ਤਰ੍ਹਾਂ ਟਕਾ ਕੇ ਰਹਿਣਾ ਗੋਲ ਕਰਕੇ ਇਹਦੇ ਵਿੱਚ ਸਿੱਧਾ ਕਹਿੰਦੇ ਇੱਕ ਇਜ਼ਰਾਈਲ ਦਾ ਜਹਾਜ ਪਵਾ ਤੇ ਉਹਦੇ ਉੱਪਰ ਅਮਰੀਕਾ ਜਹਾਜ ਅਟੈਕ ਕਰੂਗਾ। ਮੈਂ ਕਿਹਾ ਇਹ ਤਾਂ ਤੁਸੀਂ ਮੇਰੀ ਬੁੰਦ ਮਾਰਨ ਵਾਲੀ ਗੱਲ ਕਰ ਰਹੇ ਹੋ। ਤੇ ਪਰ ਉਹ ਮੰਨਦੇ ਹੀ ਨਹੀਂ ਸੀ, ਉਹ ਸਾਲੇ ਕਹਿੰਦੇ ਸੀ ਬਸ ਤੇਰੀ ਕੁੜੀ ਦਾ ਫੁੱਦਾ ਆ ਤੇ ਇਹਦੇ ਵਿੱਚ ਅਸੀਂ ਜਹਾਜ ਸਿਖਾਉਣਾ ਆ ਤੁਹਾਡੇ ਮੁਸਲਮਾਨਾਂ ਨੂੰ। ਮੈਂ ਕਿਹਾ ਮੇਰੀ ਕੁੜੀ ਦਾ ਇਹ ਫੁੱਦਾ ਨਾ ਹੋ ਗਿਆ, ਭੈਣ ਚੋਦ ਇਹ ਗੰਗਾ ਦੀ ਨਦੀ ਹੋਊਗੀ, ਜਿਹੜਾ ਚ ਜਿਹੜਾ ਮਰਜ਼ੀ ਆਇਆ ਤੇ ਨਹਾ ਲਿਆ, ਇਹ ਕੀਮਤ ਹੈ ਧੱਕਾ, ਮੈਂ ਨੀ ਬਰਦਾਸ਼ਤ ਕਰਦਾ ਧੱਕਾ। ਤਾਂ ਉਹਨੂੰ ਕਹਿੰਦਾ ਜਾ ਭੈਣ ਚਲਾ। ਮੈਂ ਕਿਹਾ ਠੀਕ ਆ ਮੈਂ ਚੱਲਦਾ। ਇਸ ਤਰ੍ਹਾਂ ਗ੍ਰਿਫਤਾਰੀ ਨੇ ਮੇਰੀ ਕੁੜੀ ਦੇ ਫੁੱਦੇ ਦੀ ਹੇਠਾਂ ਅਮਰੀਕਾ ਨਾ ਕਰਕੇ ਪੂਰੀ ਮੁਸਲਿਮ ਕੌਮ ਨੂੰ ਧੋਖਾ ਦਿੱਤਾ। ਅੱਲਾ ਕੁੱਲਾ ਪਾਕਿਸਤਾਨ ਦੀ ਕਾਂਚ ਲੁੱਲਾ ਮੁੱਲੇ ਚੁੰਦੇ ਲੁੱਲੇ।